ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਤਖਤ ਚਵਰ ਛਤਰ ਦੇ ਮਾਲਿਕ ਜੁਗੋ ਜੁਗਾ ਟਲ ਦਸਾਂ ਪਾਤਸ਼ਾਹੀਆਂ ਦੀ ਪ੍ਰਗਟ ਜੋਤ ਪ੍ਰਤਖਸ਼ ਰੂਪ ਦੇਹ ਆਤਮਕ ਸਰੂਪ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਹਾਜ਼ਰ ਨਾਜ਼ਰ ਸਿੱਖ ਜਗਤ ਦੇ ਮੌਜੂਦਾ ਸਤਿਗੁਰੂ ਜੁਗੋ ਜੁਗਾ ਟਲ ਸਤਿਗੁਰੂ ਮੇਰੇ ਮਾਲਿਕ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਿਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਮ ਪਿਤਾ ਬਾਪੂ ਦੀ ਗੋਦ ਵਿੱਚ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਕਾਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤ ਮਿਲੇ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਗੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ। ਵਾਹੇ ਗੁਰੂ 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 ਵਾਹਿਗੁਰੂ ਵਾਹਿਗੁਰੂ।
ਇਕਾਗਰਤਾ ਦਾ ਪ੍ਰਸਾਦ ਜ਼ਰੂਰ ਲੈ ਕੇ ਜਾ। ਵਾਹਿਗੁਰੂ 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 ਜਿੰਨੀ ਵਾਰ ਵਾਹਿਗੁਰੂ ਇੱਕ ਮਿੰਟ ਵਿੱਚ ਜਿਤਨੀ ਵਾਰ ਵਾਹਿਗੁਰੂ ਆਖੋ ਵਾਹਿਗੁਰੂ ਸੁਰਤ ਦੁਆਰਾ ਵਾਹਿਗੁਰੂ 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 ਆਖੋ ਵੀ ਵਾਹਿਗੁਰੂ 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 ਪੂਰਾ ਧਿਆਨ ਵਾਹਿਗੁਰੂ ਸ਼ਬਦ ਦੇ ਵਿੱਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆ ਜਿਹੜੀ 26 ਦਿਨ ਲਗਾਤਾਰ ਬੰਦਗੀ ਹੋਈ ਹੈ, ਵਾਹਿਗੁਰੂ ਅੱਜ 1 ਮਿੰਟ ਵਿੱਚ ਤੁਹਾਨੂੰ 26 ਦਿਨਾਂ ਦਾ ਲਾਭ ਮਿਲ ਜਾਣਾ। ਗੁਰੂ ਵਾਹਿਗੁਰੂ ਵਾਹਿਗੁਰੂ। 1 ਮਿੰਟ ਵਾਹਿਗੁਰੂ ਸ਼ਬਦ ਵਿੱਚ ਸੁਰਤ ਟਿਕਾ ਲਵੋ। ਵਾਹਿਗੁਰੂ 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 ਵਾਹਿਗੁਰੂ। ਸੁਰਤ ਸ਼ਬਦ ਵਿੱਚ ਲੀਨ ਵਾਹਿਗੁਰੂ, ਪੂਰਨ ਇਕਾਗਰਤਾ ਗੁਰੂ ਵਾਹਿਗੁਰੂ 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 ਵਾਹਿਗੁਰੂ। ਮਨ ਦੀ ਹੋਂਦ ਮਿਟ ਜਾਏ, ਵਾਹਿਗੁਰੂ ਮਨ ਦੇ ਉੱਪਰ ਹੀ ਮੈਂ ਦਾ ਬੇਸ, ਵਾਹਿਗੁਰੂ ਮਨ ਹੀ ਬੇਸ ਹੈ ਮੈਂ ਦਾ। ਵਾਹਿਗੁਰੂ ਜਿਸ ਦਿਨ ਮਨ ਲੀਨ ਹੋ ਗਿਆ ਸ਼ਬਦ ਵਿੱਚ, ਤੇਰੀ ਮੈਂ ਵੀ ਮਿਟ ਜਾਏਗੀ। ਵਾਹਿਗੁਰੂ ਜਿਸ ਦਿਨ ਮੈਂ ਮਿਟ ਗਈ, ਉਸ ਦਿਨ ਤੂੰ ਦਾ ਜਨਮ ਹੋਵੇਗਾ। ਵਾਹਿਗੁਰੂ 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 ਵਾਹਿਗੁਰੂ। ਅੱਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ, ਨਾਨਕੇ ਨਗਰ ਬੜੂੰਦੀ ਅਸਥਾਨ ਨਾਨਕ ਸਰ ਵਿਖੇ, ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜਾ ਦਰਗਾਹ ਚੋਂ ਬੰਦਗੀ ਦਾ ਭੰਡਾਰਾ, ਨਾਮ ਦਾ ਭੰਡਾਰਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਲੈ ਕੇ ਆਏ, ਅੱਜ ਇਸ ਸਥਾਨ ਤੇ ਬੈਠ ਕੇ ਲੁੱਟ ਰਹੇ ਹੋ ਭਾਗਾਂ ਵਾਲੇ, ਲੁੱਟ ਰਹੇ ਹੋ। ਵਾਹਿਗੁਰੂ 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 ਵਾਹਿਗੁਰੂ। ਸਾਹਮਣੇ ਵਾਹਿਗੁਰੂ, ਸਾਹਮਣੇ ਸਟੇਜ ਤੇ ਵਾਹਿਗੁਰੂ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਚ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਦੇ ਪਰਮ ਪਿਆਰੇ ਮਹਾਪੁਰਸ਼ ਗੁਰੂ ਵਾਹਿਗੁਰੂ ਵਾਹਿਗੁਰੂ ਸੇਵਾ ਦਾ ਰੂਪ ਹੋ ਚੁੱਕੇ, ਵਾਹਿਗੁਰੂ ਵਾਹਿਗੁਰੂ, ਔਰ ਬਾਬਾ ਜੀ ਦੀ ਯਾਦ ਵਿੱਚ ਪ੍ਰੇਮ ਦਾ ਰੂਪ ਹੋ ਚੁੱਕੇ, ਵਾਹਿਗੁਰੂ ਮਹਾਪੁਰਸ਼ ਗੁਰੂ ਵਾਹਿਗੁਰੂ। ਪਰਮ ਸਤਿਕਾਰਯੋਗ ਸੰਤ ਬਾਬਾ ਜਗੀਰ ਸਿੰਘ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਦੇ ਰੋਮ ਰੋਮ ਵਿੱਚ ਬਾਬਾ ਜੀ ਦਾ ਪਿਆਰ ਵਸਿਆ, ਵਾਹਿਗੁਰੂ ਵਾਹਿਗੁਰੂ
ਜਿਹੜੇ ਰਾਤ ਨੂੰ ਵੀ ਜਾਪ ਕਰਦੇ ਨੇ ਤੇ ਦਿਨੇ ਵੀ ਜਾਪ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਉਹਨਾਂ ਮਹਾਂਪੁਰਸ਼ਾਂ ਦੀ ਗੁਰੂ ਕਮਾਈ ਦਾ ਸਦਕਾ। ਵਾਹਿਗੁਰੂ ਵਾਹਿਗੁਰੂ। ਅੱਜ ਤੁਕ ਤੁਕ ਵਾਲੇ ਸ੍ਰੀ ਸੰਪਟ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ। ਵਾਹਿਗੁਰੂ 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 ਵਾਹਿਗੁਰੂ। ਆ ਵੇਖੋ ਸਾਹਮਣੇ ਹੰਸ ਰੂਪ ਵਾਹਿਗੁਰੂ, ਜੋ ਮਾਨ ਸਰੋਵਰ ਚੋਂ 26 ਦਿਨ ਮੋਤੀ ਚੁਗ ਕੇ ਆਏ ਨੇ ਹੰਸ। ਵਾਹਿਗੁਰੂ 26 ਦਿਨ ਕਿਸੇ ਦੇ ਮੱਥੇ ਨਹੀਂ ਲੱਗਣਾ, ਸੰਜਮ ਵਿੱਚ ਰਹਿਣਾ। ਗੁਰੂ ਵਾਹਿਗੁਰੂ 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 ਵਾਹਿਗੁਰੂ। ਇਹ ਦਰਗਾਹ ਨਾਲ ਸਾਂਝ ਬਣਾਉਣ ਦੇ ਸਾਧਨ ਜੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਦਰਗਾਹ ਚੋਂ ਲਿਆਂਦੇ, ਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਅੱਗੇ ਤੋਰਿਆ ਤੇ ਅੱਜ ਵਾਹਿਗੁਰੂ ਬਾਬਾ ਜੀ ਦੇ ਬਖਸ਼ੇ ਹੋਏ ਮਹਾਂਪੁਰਸ਼ ਗੁਰੂ ਸੰਤ ਬਾਬਾ ਜਗੀਰ ਸਿੰਘ ਜੀ ਉਸੇ ਮਰਿਆਦਾ ਨੂੰ ਅੱਗੇ ਚਲਾ ਰਹੇ। ਵਾਹਿਗੁਰੂ 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 ਵਾਹਿਗੁਰੂ। ਉਹਨਾਂ ਤੋਂ ਭਰੋਸਾ ਹੈ ਗੁਰੂ ਵਾਹਿਗੁਰੂ ਸੰਤ ਬਾਬਾ ਧੰਨਾ ਸਿੰਘ ਜੀ ਵਾਹਿਗੁਰੂ, ਜੋ ਸਾਡੇ ਨਾਨਕ ਸਰ ਕਲੇਰਾਂ ਦੇ ਨੌਜਵਾਨ ਮਹਾਂਪੁਰਸ਼ ਗੁਰੂ ਵਾਹਿਗੁਰੂ 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 ਵਾਹ, ਜਿਨ੍ਹਾਂ ਨੇ ਵਾਹਿਗੁਰੂ ਵਾਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਪ੍ਰੇਮ ਦੀ ਜਾਗੀਰ ਹਾਸਲ ਕਰ ਲਈ, ਧੰਨ ਧੰਨ ਹੋ ਗਏ ਨੇ ਵਾਹਿਗੁਰੂ, ਧੰਨ ਧੰਨ ਹੋ ਗਏ ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਨੇ ਸੰਤ ਬਾਬਾ ਜਾਗੀਰ ਸਿੰਘ ਜੀ ਦੀ ਸੇਵਾ ਚੋਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਪਿਆਰ ਪਾ ਲਿਆ, ਵਾਹਿਗੁਰੂ ਜਿਨ੍ਹਾਂ ਨੇ ਬਾਬਾ ਜਾਗੀਰ ਸਿੰਘ ਜੀ ਦੀ ਰਹਿਨਮਾਈ ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਪਾ ਲਿਆ, ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾ ਲਿਆ। ਆ ਨਜ਼ਾਰਾ ਗੱਲਾਂ ਨਾਲ ਨਹੀਂ ਹੋ ਸਕਦਾ, ਇਹ ਸ਼ਰਧਾ ਇਹ ਭਾਵਨਾ ਵਾਹਿਗੁਰੂ ਗੱਲੀ ਯੋਗ ਨਾ ਹੋਈ ਵਾਲੀ ਗੱਲ ਹੈ ਗੁਰੂ ਵਾਹਿਗੁਰੂ। ਇਹ ਕਿਰਪਾ ਗੁਰੂ ਬਾਬਾ ਗੁਰੂ, ਇਹ ਕਿਰਪਾ ਨਾਮ ਦੀ, ਇਹ ਕਿਰਪਾ ਬੰਦਗੀ ਦੀ, ਵਾਹਿਗੁਰੂ 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 ਵਾਹਿਗੁਰੂ। ਤੋ ਆਓ ਗੁਰੂ, ਹੁਣ ਮਨੋ ਬਿਰਤੀਆਂ ਇਕਾਗਰ ਹੋ ਗਈਆਂ, ਵਾਹਿਗੁਰੂ ਮਨ ਸ਼ਬਦ ਦੀ ਵਿਚਾਰ ਲਈ ਵਾਹਿਗੁਰੂ ਬਾਬਾ ਜੀ ਦੀ ਸਿਫਤ ਸਰਵਣ ਕਰਨ ਲਈ ਤਿਆਰ ਹੋ ਗਿਆ, ਵਾਹਿਗੁਰੂ ਆਓ ਭਾਗਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਫਲ ਜਨਮ ਜਨ ਕਾ ਉਪਜਿਆ
सफल जन्म भर जन का उपजया, सफल जन्म भर जन का उपजया, जिनकी नौसौत विदाता तीनों सौत विदाता, तीनों सौत विदाता, तीनों सौत विदाता, जिनकी नौसौत विदाता, जिन तीनों सौत विदाता, जिनकी नौसौत विदाता, तीनों सौत परमेश्वर नो भी सौतरा कर दिता है। जे किते ऐसे जन धरती दे उत्ते पैदा ना हुंदे कहिंदे परमात्मा भी औंतरा ही चलिया जाना सी। अच्छा धन धन बाबा ईश्वर सिंह जी महाराज ने अवतार धारण कीता छोड़ना चोरड़ा नगर विखे, सत्कार योग परम पूज पिता सरदार बग्गा सिंह जी और सत्कार योग परम पूज नेक माता प्रताप कौर जी दी कुख तो ये सफल जन्म हर जन का उपजे, ए सफल है जन्म जेड़े हरि दे जन बन गए, हरि दे जन ते हरि विच कदे भेद नहीं हुंदा, हरि विच ते हरि दे जना विच कोई भेद नहीं हुंदा, जन भी उसे नूं कहा जांदा है। धन धन बाबा आनंद सिंह जी महाराज जिस वेले वड्डे बाबा जी दी हजूरी विच धन धन बाबा ईश्वर सिंह जी महाराज दाखल होए, हजूरी सेवा करनी शुरू कीती ते बाबा जी कहन लगे बेटा तेरा नाम इंदर है, इंद्र दा नाम लिया ता थोड़ा ऐशो इशरत ऐश्वर्य राज भाग इस तरह दी गल याद आउंदी है, असी तां तैनू बार बार बुलाउणा है
ਬਾਰ ਬਾਰ ਆਵਾਜ਼ ਦੇਣੀ ਹੈ ਕਿਉਂਕਿ ਤੂੰ ਹਜ਼ੂਰੀ ਸੇਵਾ ਕਰਨੀ ਹੈ। ਇੰਦਰ ਨਹੀਂ ਤੇਰਾ ਨਾਮ ਈਸ਼ਰ ਰੱਖ ਦਿੰਦੇ ਹੈ। ਇਸ ਗੱਲ ਵੱਲ ਧਿਆਨ ਦੇਣਾ, ਇਹ ਇਸ਼ਾਰਾ ਹੈ ਕਿਸੇ ਗੱਲ ਵੱਲ, ਇਹ ਦਰਗਾਹ ਦੀ ਬਖਸ਼ਿਸ਼ ਵੱਲ ਇਸ਼ਾਰਾ ਹੈ। ਇਹ ਇਕੱਲਾ ਕੋਈ ਨਾਮ ਹੀ ਨਹੀਂ ਬਦਲਿਆ, ਇਸ ਨਾਮ ਵਿੱਚ ਬੜੀ ਗਹਿਰਾਈ ਹੈ, ਇਸ ਨਾਮ ਵਿੱਚ ਬਹੁਤ ਗਹਿਰੇ ਅਰਥ ਨੇ। ਕਿ ਇੰਦਰ, ਤੂੰ ਇੰਦਰ ਨਹੀਂ, ਤੂੰ ਤਾਂ ਈਸ਼ਰ ਹੈ, ਇਹ ਗਹਿਰਾਈ ਹੈ ਇਹਦੇ ਚ। ਤੇਰਾ ਨਾਮ ਇੰਦਰ ਨਹੀਂ, ਤੇਰਾ ਨਾਮ ਤਾਂ ਈਸ਼ਰ ਹੈ। ਤੁਸੀਂ ਝਾਤੀ ਮਾਰੋ, ਜਦੋਂ ਭਾਈ ਲੈਣਾ ਜੀ ਮਾਤਾ ਦੇ ਚਾਲੇ ਜਾਂਦੇ ਜਾਂਦੇ ਕਰਤਾਰਪੁਰ ਵਿਖੇ ਰੁਕ ਗਏ, ਕਿਸੇ ਬੰਦੇ ਨੂੰ ਪੁੱਛਿਆ ਮੈਂ ਨਾਨਕ ਤਪਾ ਜੀ ਨੂੰ ਮਿਲਣਾ, ਬਜ਼ੁਰਗ ਨੇ ਨੂਰਾਨੀ ਛੇਰ ਹੈ, ਉਹ ਕਹਿਣ ਲੱਗੇ ਆ ਜਾ ਬਈ ਮੈਂ ਤੈਨੂੰ ਨਾਨਕ ਜੀ ਨੂੰ ਮਿਲਾ ਦਿੰਦਾ। ਘੋੜੀ ਦੇ ਅੱਗੇ ਅੱਗੇ ਤੁਰੇ ਗਏ, ਇੱਕ ਧਰਮਸਾਲ ਆਈ, ਕਹਿਣ ਲੱਗੇ ਆ ਗੁਰੂ ਨਾਨਕ ਸਾਹਿਬ ਦੀ ਧਰਮਸਾਲ ਹੈ, ਤੇ ਅੰਦਰ ਚਲਿਆ ਗਿਆ। ਆ ਘੋੜੀ ਬਾਹਰ ਬੰਨ ਦੇ, ਹੱਥ ਪੈਰ ਧੋ ਲੈ ਤੇ ਅੰਦਰ ਚਲਿਆ ਜਾ। ਜਦੋਂ ਭਾਈ ਲੈਣਾ ਜੀ ਅੰਦਰ ਗਏ, ਕੀ ਵੇਖਦੇ ਨੇ? ਸਿੰਘਾਸਨ ਤੇ ਉਹੀ ਬੈਠੇ ਨੇ ਜਿਹੜੇ ਘੋੜੀ ਦੇ ਅੱਗੇ ਅੱਗੇ ਤੁਰੇ ਆਏ ਸਨ। ਮਨ ਭਰ ਆਇਆ, ਮਨ ਉਦਾਸ ਹੋਇਆ। ਪੁਰਖਾ ਤੂੰ ਉਦਾਸ ਕਿਉਂ ਹੈ ਜੀ? ਗਰੀਬ ਨਵਾਜ਼, ਜਿਹਦੇ ਮੈਂ ਦਰਸ਼ਨ ਕਰਨ ਆਇਆ, ਦਰਸ਼ਨਾਂ ਦੀ ਪਿਆਸ ਲੈ ਕੇ ਆਇਆ, ਉਹੀ ਸਤਿਗੁਰੂ ਪੈਦਲ ਚੱਲੇ ਆਏ ਤੇ ਮੈਂ ਘੋੜੀ ਤੇ ਚੜਿਆ ਆਇਆ। ਮੈਂ ਤਾਂ ਅਵੱਗਿਆ ਕਰ ਦਿੱਤੀ, ਬੇਅਦਬੀ ਕਰ ਦਿੱਤੀ, ਮੈਂ ਘੋੜੀ ਤੇ ਚੜਿਆ ਆਇਆ, ਆਪ ਜੀ ਪੈਦਲ ਤੁਰੇ ਆਏ, ਮੈਂ ਤਾਂ ਪਹਿਲਾਂ ਹੀ ਬੇਅਦਬੀ ਕਰ ਦਿੱਤੀ, ਬੇਅਦਬ ਹੋ ਗਿਆ। ਮੈਂ ਤਾਂ ਨੀਵਾਂ ਬੈਠਣਾ ਸੀ, ਨੀਵਾਂ ਚੱਲਣਾ ਸੀ, ਨਿਮਰਤਾ ਵਿੱਚ ਆ ਕੇ ਮੱਥਾ ਟੇਕਣਾ ਸੀ, ਮੈਂ ਤਾਂ ਘੋੜੀ ਤੇ ਚੜਿਆ ਆਇਆ, ਆਪ ਜੀ ਪੈਦਲ ਤੁਰੇ ਆਏ। ਕਹਿੰਦੇ ਫਿਰ ਉਦਾਸ ਨਾ ਹੋ, ਤੇਰਾ ਨਾਮ ਕੀ ਹੈ ਜੀ? ਪਰਿਵਾਰ ਵਿੱਚ ਮੇਰਾ ਨਾਮ ਲੈਣਾ ਕਰਕੇ ਲੈਂਦੇ ਨੇ, ਮੇਰਾ ਨਾਮ ਲੈਣਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣੇ ਆ, ਫਿਰ ਤੂੰ ਉਦਾਸ ਕਿਉਂ ਹੁੰਨਾ? ਲੈਣੇਦਾਰ ਸਦਾ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ ਨੇ, ਜਿਨ੍ਹਾਂ ਨੇ ਲੈਣਾ ਹੁੰਦਾ ਨਾ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ ਨੇ। ਤੂੰ ਲੈਣਾ ਤੇ ਅਸੀਂ ਤੇਰਾ ਦੇਣਾ, ਅਸੀਂ ਤੇਰੇ ਦੇਣਦਾਰ ਹਾਂ, ਅਸੀਂ ਤੇਰਾ ਦੇਣਾ, ਤੂੰ ਲੈਣਾ। ਦੇਖੋ ਭਾਈ ਲਹਿਣਾ ਜੀ ਨੇ ਸਿੱਖੀ ਦੇ ਵਿੱਚ ਸੇਵਾ ਦੇ ਪੂਰਨੇ ਪਾਏ, ਪਰ ਇਹ ਬਚਨ ਤਾਂ ਪਹਿਲੇ ਦਿਨ ਹੀ ਹੋ ਗਿਆ ਸੀ, ਇਹ ਬਚਨ ਤਾਂ ਪਹਿਲੇ ਦਿਨ, ਤੇ ਪਹਿਲੇ ਦਿਨ ਹੋਇਆ ਬਚਨ ਇਹ ਦੱਸ ਰਿਹਾ ਕਿ ਇਹ ਦਰਗਾਹ ਦੀ ਬਖਸ਼ਿਸ਼ ਹੈ, ਇਹ ਤਪ ਹੈ, ਬੰਦਗੀ ਹੈ, ਸਾਂਝ ਪਹਿਲੇ ਜਨਮਾਂ ਦੀ ਹੈ। ਉਹ ਲੈਣ ਵਾਸਤੇ ਆ ਗਏ ਨੇ, ਪਰ ਮਰਿਆਦਾ ਪੂਰੀ ਕਰਨੀ ਹੈ ਸੇਵਾ ਦੀ, ਆਪਾਂ ਮਿਟਾਉਣ ਦੀ,
ਆਪ ਗਵਾਈਏ ਵਾਲਾ ਸਿਧਾਂਤ ਕਾਇਮ ਕਰਨਾ ਫਿਰ ਦਾਤਾਂ ਲੈਣੀਆਂ। ਇਵੇਂ ਇੰਦਰ ਤੇਰਾ ਨਾਮ ਈਸ਼ਰ ਹੈ, ਅਸੀਂ ਤੈਨੂੰ ਈਸ਼ਰ ਬੁਲਾਇਆ ਕਰਾਂਗੇ। ਪੁਰਾਣੇ ਸੰਗੀ ਗਵਾਹ ਨੇ ਇਸ ਗੱਲ ਦੇ ਕਿ ਬਹੁਤ ਸਮੇਂ ਬਾਅਦ, ਕੁਝ ਸਾਲਾਂ ਬਾਅਦ ਬਾਬਾ ਜੀ ਈਸ਼ਰ ਤੋਂ ਵੀ ਬਾਬਾ ਜੀ ਨੂੰ ਹਰ ਹਰ ਕਹਿਣ ਲੱਗ ਪਏ ਸਨ। ਹੁਣ ਜਦੋਂ ਵੀ ਆਵਾਜ਼ ਦਿੰਦੇ ਸਨ ਕਹਿੰਦੇ ਸਨ ਹਰ 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 ਹਰ, ਭਾਵ ਹੁਣ ਸੇਵਾ ਕਰਦਿਆਂ ਕਰਦਿਆਂ ਹਰੀ ਦਾ ਹੀ ਰੂਪ ਹੋ ਗਏ। ਇੰਦਰ ਤੋਂ ਈਸ਼ਰ ਤੇ ਈਸ਼ਰ ਤੋਂ ਹਰੀ ਪਰਮਾਤਮਾ, ਸ਼ਾਸਤਰਾਂ ਦਾ ਕਥਨ ਹੈ ਕਿ ਰੱਬ ਦਾ ਜਿੱਥੇ ਈਸ਼ਵਰ ਨਾਮ ਹੈ ਉੱਥੇ ਬ੍ਰਹਮ ਤੇ ਮਾਇਆ ਸਹਿਤ ਉਹਨੂੰ ਈਸ਼ਵਰ ਕਿਹਾ ਜਾਂਦਾ। ਜਿੱਥੇ ਬ੍ਰਹਮ ਇਕੱਲਾ ਨਹੀਂ, ਬ੍ਰਹਮ ਮਾਇਆ ਦੇ ਨਾਲ ਹੈ, ਉਹਦਾ ਨਾਮ ਸ਼ਾਸਤਰ ਦੇ ਮੁਤਾਬਕ ਈਸ਼ਵਰ ਹੈ। ਧਿਆਨ ਦੇਣਾ, ਇੰਦਰ ਤੋਂ ਈਸ਼ਰ ਕਿ ਹੇ ਈਸ਼ਰ ਤੂੰ ਬ੍ਰਹਮ ਹੈ, ਤੂੰ ਰੱਬ ਹੈ, ਤੂੰ ਨਾਰਾਇਣ ਹੈ, ਪਰ ਮਾਇਆ ਸਹਿਤ ਅਜੇ ਈਸ਼ਵਰ ਸਰਗੁਣ ਸਰੂਪ ਦੇ ਵਿੱਚ ਵੀ ਤੂੰ ਹੈ, ਇਸ ਲਈ ਤੇਰਾ ਨਾਮ ਈਸ਼ਵਰ। ਜਿੱਥੇ ਸਰੀਰ ਵੀ ਹੈ, ਜਿੱਥੇ ਸੰਸਾਰ ਦਾ ਪਸਾਰਾ ਵੀ ਹੈ, ਤੂੰ ਬ੍ਰਹਮ ਵੀ ਹੈ ਤੇ ਤੇਰੇ ਨਾਲ ਮਾਇਆ ਵੀ ਹੈ, ਇਸ ਲਈ ਈਸ਼ਵਰ ਹੈ। ਤੇ ਥੋੜੇ ਸਮੇਂ ਬਾਅਦ ਬਾਬਾ ਜੀ ਕਹਿਣ ਲੱਗ ਪਏ ਹਰ ਹਰ, ਜਿੱਥੇ ਇਹ ਦਰਸਾਉਂਦੇ ਨੇ ਕਿ ਤੂੰ ਬ੍ਰਹਮ ਵੀ ਹੈ, ਸਰੀਰ ਦੇ ਹੁੰਦਿਆਂ ਹੋਇਆਂ, ਮਾਇਆ ਦੇ ਹੁੰਦਿਆਂ ਹੋਇਆਂ ਵੀ ਤੂੰ ਬ੍ਰਹਮ ਹੇ ਈਸ਼ਰ ਤੂੰ ਬ੍ਰਹਮ ਵੀ ਹੈ, ਹੇ ਈਸ਼ਰ ਤੂੰ ਬ੍ਰਹਮ ਮਾਇਆ ਸਹਿਤ ਈਸ਼ਰ ਵੀ ਹੈ, ਤੂੰ ਸਰਗੁਣ ਵੀ ਹੈ, ਤੂੰ ਨਿਰਗੁਣ ਵੀ ਹੈ, ਤੂੰ ਸਾਰੇ ਕੁਛ ਵੀ ਹੈ, ਤੂੰ ਨਿਰਗੁਣ ਬ੍ਰਹਮ ਵੀ ਹੈ, ਤੂੰ ਸਰਗੁਣ ਬ੍ਰਹਮ ਵੀ ਹੈ। ਤੇ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਅਧਿਆਤਮ ਵਿੱਚ, ਉਹਨਾਂ ਨੂੰ ਹਰੀ ਜਨ ਆਖਿਆ। ਹਰ ਜਨ ਉਸ ਨੂੰ ਆਖਿਆ ਜਿਹੜਾ ਇਸ ਅਵਸਥਾ ਵਿੱਚ ਪਹੁੰਚ ਗਿਆ, ਜਿਹੜਾ ਹਰ ਹੀ ਹੋ ਗਿਆ। ਹਰ ਜਨ ਐਸਾ ਚਾਹੀਏ, ਕਬੀਰ ਜੀ ਨੇ ਵੀ ਘੋਸ਼ਣਾ ਕਰ ਦਿੱਤੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰ ਹੀ ਹੋਏ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇੱਕ ਜਗ੍ਹਾ ਕਹਿੰਦੇ ਨੇ ਹਰ ਹਰ ਜਨ ਤੋਂ ਇੱਕ ਗਏ ਬਿਬ ਵਿਚਾਰ ਕਿਛੁ ਨਾ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਇ। ਇਹ ਹੈ ਗੁਰਮਤ ਵਿੱਚ ਅਧਿਆਤਮ ਵਿੱਚ ਜਨ ਬਣ ਜਾਣਾ, ਹਰੀ ਜਨ ਵਿੱਚ। ਤੇ ਹਰੀ ਵਿੱਚ ਫਿਰ ਕੋਈ ਭੇਦ ਨਹੀਂ ਰਹਿੰਦਾ। ਕਹਿੰਦੇ ਜਿਹੜੇ ਇਹਨਾਂ ਨੇ ਜਨਮ ਲਿਆ, ਇਹ ਸੰਸਾਰ ਤੇ ਆਏ ਨੇ, ਇਹਨਾਂ ਦਾ ਜਨਮ ਸਫਲ ਹੈ ਤੇ ਇਹਨਾਂ ਨੇ ਪਰਮਾਤਮਾ ਨੂੰ ਸੌਤਰਾ ਕੀਤਾ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜੋ ਇੰਦਰ ਤੋਂ ਈਸ਼ਰ ਬਣੇ, ਈਸ਼ਰ ਤੋਂ ਬ੍ਰਹਮ ਹਰੀ ਬਣ ਗਏ,
ਕਿਉਂਕਿ ਇੱਕ ਬ੍ਰਹਮ ਗਿਆਨੀ ਗਵਾਹੀ ਦੇ ਰਿਹਾ ਤੂੰ ਇੰਦਰ ਨਹੀਂ ਈਸ਼ਰ ਹੈ, ਈਸ਼ਰ ਨਹੀਂ ਤੂੰ ਹਰੀ ਹੈ। ਰੱਬ ਹੀ ਹੋ ਗਏ, ਹਰੀ ਹੀ ਹੋ ਗਏ। ਤੇ ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬਚਨ ਕਰ ਰਹੇ ਨੇ ਐਸੇ ਹਰੀ ਦੇ ਜਨਾਂ ਲਈ। ਸਫਲ ਜਨਮ ਹਰ ਜਨ ਕਾ, ਸਫਲ ਜਨਮ ਹਰ ਜਨ ਕਾ, ਸੌਤ ਵਿਦਾਤਾ ਜਿਨ ਕੀਨੋ, 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 ਸੌਤ ਰਸਾਇਣ ਮਾਤਾ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾਨਿਦ ਜਾ ਸਤ ਬਿਦਾਤਾ ਜਿਨ ਕੀਨੋ, ਸਤ ਬਿਦਾਤਾ
ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਸਫਲ ਜਨਮ ਹਰ ਜਨ ਗਾਇਓ ਉਪਜਿਆ ਸਫਲ ਬੈਠਤ ਗਰ ਹਰ ਸੋਵਤ ਗਾਰੇ ਗਾਰੇ ਹਰ 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 ਰਸ ਭੋਜਨ ਖਾਤਾ ਬੈਠਤ ਗਰ ਗਰ ਸੋਵਤ ਗਾਰੇ ਗਾਰ ਹਰ ਰਸ ਭੋਜਨ ਖਾਤਾ ਅੱਠ ਸੱਠ ਤੀਰਥ ਮਜਨ ਕੀਨੋ ਸਾਧੂ ਤੁਰੀ ਨਾਤਾ ਸਾਧੂ ਤੁਰੀ ਨਾਤਾ ਸਫਲ ਜਨਮ ਹਰ ਜਨ ਕਾਰ ਉਪਜਿਆ ਸਫਲ ਜਨਮ ਹਰ ਜਨ ਕਾਰ ਉਪਜਿਆ ਜਿਨ ਕਿਨੋ ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਜਿਨ ਕਿਨੋ ਸੋਤ ਵਿਦਾਤਾ ਸਫਲ ਜਨਮ ਹਰ ਜਨ ਕਾਰ ਉਪਜਿਆ ਸਫਲ ਜਨਮ ਹਰ ਜਨ ਕਾਰ ਉਪਜਿਆ ਇਹ ਅਵਸਥਾ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਇੱਕ ਵਾਰ ਦਾ ਜ਼ਿਕਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਔਰ ਬਾਬਾ ਜੀ ਦੇ ਵਿਦਿਆ ਗੁਰੂ ਸੰਤ ਬਾਬਾ ਵਧਾਵਾ ਸਿੰਘ ਜੀ ਲਹਿਰੇ ਵਾਲੇ ਜਦੋਂ ਬਾਬਾ ਜੀ ਨਾਨਕਸਰ ਤੋਂ ਕਦੇ ਕਦੇ ਭੁੱਚੋ ਵਾਲੇ ਬਾਬਾ ਜੀ ਦੇ ਪਾਸ ਜਾਂਦੇ ਜਾਂ ਵੈਸਾਖੀ ਤੇ ਜਾਂਦੇ ਦਮਦਮਾ ਸਾਹਿਬ ਤੇ ਲਹਿਰੇ ਵੀ
ਵਿਦਿਆ ਗੁਰੂ ਬਾਬਾ ਵਧਾਵਾ ਸਿੰਘ ਜੀ ਦੇ ਦੀਦਾਰ ਕਰਕੇ ਆਇਆ ਕਰਦੇ ਸੀ। ਬੜਾ ਸਨਮਾਨ ਕਰਦੇ ਸਨ ਬਾਬਾ ਜੀ ਉਹਨਾਂ ਦਾ, ਕਿਉਂਕਿ ਮਹਾਂਪੁਰਸ਼ ਦੁਨੀਆ ਤੇ ਆਉਂਦੇ ਨੇ ਉਹ ਪੂਰਨੇ ਪਾਉਣ ਵਾਸਤੇ ਆਉਂਦੇ ਨੇ ਕਿ ਇਹ ਇਨਸਾਨ ਤੂੰ ਜੀਵਨ ਬਤੀਤ ਕਰਨਾ ਤੇ ਕੈਸਾ ਕਰਨਾ। ਜਦੋਂ ਲਹਿਰੇ ਵਾਲੇ ਬਾਬਾ ਜੀ ਆਉਂਦੇ ਸਨ ਨਾ ਨਾਨਕ ਸਰ, ਕਹਿੰਦੇ ਨੇ ਜਦੋਂ ਬਾਹਰੋਂ ਪਤਾ ਲੱਗ ਜਾਂਦਾ ਸੀ ਨਾ ਵੀ ਬਾਬਾ ਜੀ ਆਏ ਹੈ, ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੱਪੜੇ ਦੇ ਥਾਨ ਉੱਥੋਂ ਤੱਕ ਵਿਛਾ ਦਿੰਦੇ ਸੀ ਜਿੱਥੋਂ ਤੱਕ ਬਾਬਾ ਜੀ ਜਿਸ ਸਾਧਨ ਤੋਂ ਉਤਰ ਕੇ ਆਏ। ਫੁੱਲਾਂ ਦੀ ਬਰਖਾ ਕਰਿਆ ਕਰਦੇ ਸਨ, ਚਰਨਾਂ ਤੇ ਝੁੱਕ ਜਾਂਦੇ ਸਨ। ਬਾਬਾ ਵਧਾਵਾ ਸਿੰਘ ਜੀ ਕਹਿੰਦੇ ਸਨ ਮਹਾਂਪੁਰਸ਼ੋ ਤੁਹਾਡੀ ਅਵਸਥਾ ਬਹੁਤ ਉੱਚੀ ਹੈ, ਤੁਸੀਂ ਕਿਉਂ ਝੁੱਕਦੇ ਹੋ? ਬਾਬਾ ਜੀ ਕਹਿੰਦੇ ਸੀ ਨਹੀਂ ਬਾਬਾ ਜੀ, ਦਾਸ ਨੂੰ ਤੁਸੀਂ ਵਿਦਿਆ ਪੜ੍ਹਾਈ ਹੈ। ਇਹ ਪੂਰਨੇ ਪਾ ਰਹੇ ਨੇ ਕਿ ਇਹ ਇਨਸਾਨ ਤੂੰ ਕਿਤਨਾ ਵੀ ਮਹਾਨ ਕਿਉਂ ਨਾ ਹੋ ਜਾਏ ਪਰ ਆਪਣੇ ਗੁਰੂ ਨੂੰ ਨਾ ਭੁੱਲੀ, ਆਪਣੇ ਗੁਰੂ ਨੂੰ ਨਾ ਭੁੱਲੀ। ਹੁਣ ਤੁਸੀਂ ਜਿਹੜੇ ਪ੍ਰੋਫੈਸਰ ਜਿਹੜੇ ਟੀਚਰ ਤੋਂ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਜਾਂਦੇ ਹੋ, ਕਦੇ ਯਾਦ ਕੀਤਾ ਉਸ ਨੂੰ? ਕਦੇ ਥੈਂਕਸ ਕਰਨ ਗਏ ਉਹਦੇ ਘਰ? ਕਦੇ ਧੰਨਵਾਦ ਦੇਣ ਗਏ ਉਹਦੇ ਘਰ? ਨਹੀਂ, ਕਦੇ ਨਹੀਂ। ਇਹ ਪੂਰਨੇ ਪਾ ਰਹੇ ਨੇ ਬਾਬਾ ਜੀ ਕਿ ਜਿਹਦੇ ਤੋਂ ਤੂੰ ਅਕਸ਼ਰ ਸਿੱਖੇ ਨੇ, ਚਾਰ ਅਕਸ਼ਰ ਵੀ ਕਿਉਂ ਨਾ ਸਿੱਖੇ ਹੋਣ, ਉਹਦਾ ਸਨਮਾਨ ਐਵੇਂ ਕਰੇ, ਸਿਰੋਂ ਅੱਖਾਂ ਤੇ ਬਿਠਾ ਲਵੇ। ਕਹਿੰਦੇ ਜਦੋਂ ਬਾਬਾ ਜੀ ਜਾਂਦੇ ਸਨ ਤੇ ਅਨੇਕਾਂ ਪਦਾਰਥ ਲੈ ਕੇ ਜਾਣੇ, ਤੇ ਬਾਬਾ ਵਧਾਵਾ ਸਿੰਘ ਜੀ ਮਹਾਰਾਜ ਪਰਉਪਕਾਰੀ ਮਹਾਂਪੁਰਸ਼ ਸਨ, ਬਹੁਤ ਸਾਰੇ ਬੇਸਹਾਰਾ ਬੱਚੇ ਉਹਨਾਂ ਦੇ ਪਾਸ ਪੜ੍ਹਦੇ ਸਨ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਕਿ ਬਾਬਾ ਵਧਾਵਾ ਸਿੰਘ ਜੀ ਆਪ ਗਜਾ ਕਰਕੇ ਲਿਆਉਂਦੇ ਸੀ ਤੇ ਸਾਰੇ ਆਸ਼ਰਮ ਵਿੱਚ ਉਹਨਾਂ ਬੇਸਹਾਰਾ ਬੱਚਿਆਂ ਨੂੰ ਵਿਦਿਆ ਪੜ੍ਹਾਉਂਦੇ ਸਨ। ਆਪ ਗਜਾ ਕਰਕੇ ਲਿਆਉਣਾ, ਉਹਨਾਂ ਨੂੰ ਲੰਗਰ ਛਕਾਉਣਾ। ਇਤਨੇ ਪਰਉਪਕਾਰੀ ਮਹਾਂਪੁਰਸ਼। ਜਦੋਂ ਬਾਬਾ ਜੀ ਨੇ ਜਾਣਾ, ਬੜੇ ਬੜੇ ਪ੍ਰਸ਼ਾਦ ਪਦਾਰਥ ਲੈ ਕੇ ਜਾਣਾ, ਬੱਚਿਆਂ ਨੇ ਬੜੇ ਖੁਸ਼ ਹੋਣਾ। ਤੇ ਕਦੇ ਕਦੇ ਜਦੋਂ ਬਾਬਾ ਵਧਾਵਾ ਸਿੰਘ ਜੀ ਦਾ ਦਿਲ ਕਰਦਾ ਤੇ ਚਿੱਠੀ ਪਾ ਦਿੰਦੇ ਸਨ ਕਿ ਰਿਸ਼ੀ ਜੀ ਮਹਾਂਪੁਰਸ਼ੋ ਸਾਡਾ ਦਿਲ ਕਰਦਾ ਮਿਲਣ ਵਾਸਤੇ ਤੇ ਆ ਜਾਓ। ਜਦੋਂ ਚਿੱਠੀ ਪਹੁੰਚਦੀ ਫਿਰ ਬਾਬਾ ਜੀ ਚਲੇ ਜਾਂਦੇ ਸਨ। ਇੱਕ ਵਾਰੀ ਵਿਦਿਆਰਥੀਆਂ ਨੇ ਸੋਚਿਆ ਹੁਣ ਕਲੇਰਾਂ ਵਾਲੇ ਬਾਬਾ ਜੀ ਨੂੰ ਆਇਆ ਬੜੇ ਦਿਨ ਹੋ ਗਏ ਤੇ ਚੰਗੇ ਚੰਗੇ ਪਦਾਰਥ ਨਹੀਂ ਛਕੇ, ਚਿੱਠੀ ਪਾ ਦਿੱਤੀ ਤੇ ਬਾਬਾ ਜੀ ਪਹੁੰਚ ਗਏ ਲਹਿਰੇ। ਬਾਬਾ ਵਧਾਵਾ ਸਿੰਘ ਜੀ ਨੇ ਬੜਾ ਸਨਮਾਨ ਦਿੱਤਾ, ਬਿਠਾਇਆ ਤੇ ਪੁੱਛਿਆ ਕਿ ਮਹਾਂਪੁਰਸ਼ੋ ਅੱਜ ਅਗਾਂਹ ਤੋਂ ਆਏ ਹੋ, ਅੱਜ ਅਣਗੱਜੇ ਹੀ ਵਰ ਗਏ? ਬਾਬਾ ਜੀ ਕਹਿਣ ਲੱਗੇ
ਬਾਬਾ ਜੀ ਤੁਹਾਡੀ ਚਿੱਠੀ ਮਿਲੀ ਸੀ, ਅਸੀਂ ਤਾਂ ਆਏ। ਤੇ ਬਾਬਾ ਜੀ ਕਹਿਣ ਲੱਗੇ, ਮਹਾਂਪੁਰਸ਼ੋ ਮੈਂ ਤਾਂ ਚਿੱਠੀ ਪਾਈ ਨਹੀਂ ਜੀ, ਸਦਕੇ ਆਇਆ ਨੂੰ ਵਾਰੀ, ਸਦਕੇ ਆਇਆ ਨੂੰ ਵਾਰੀ ਜਾਵਾਂ। ਇਹ ਦਰਸ਼ਨ ਵੀ ਧਨ ਨੇ, ਪਰ ਦਾਸ ਨੇ ਚਿੱਠੀ ਨਹੀਂ ਪਾਈ। ਬਾਬਾ ਜੀ ਕਹਿਣ ਲੱਗੇ, ਮਹਾਂਪੁਰਸ਼ੋ ਆਪਨੇ ਚਿੱਠੀ ਪਾਈ ਹੈ ਤੇ ਤਾਂ ਹੀ ਅਸੀਂ ਆਏ। ਬਾਬਾ ਵਧਾਵਾ ਸਿੰਘ ਜੀ ਨੂੰ ਅੰਦਾਜ਼ ਸੀ, ਉਹਨਾਂ ਨੇ ਮੁੰਡਿਆਂ ਨੂੰ ਬੁਲਾਇਆ, ਵਿਦਿਆਰਥੀਆਂ ਨੂੰ। ਕਹਿਣ ਲੱਗੇ, ਬਈ ਕਿਸੇ ਨੇ ਚਿੱਠੀ ਪਾਈ ਹੈ? ਉਹ ਵਿਦਿਆਰਥੀ ਕਹਿਣ ਲੱਗੇ, ਜੀ ਚਿੱਠੀ ਤਾਂ ਅਸੀਂ ਪਾਈ ਹੈ, ਆਪ ਜੀ ਤੋਂ ਆਗਿਆ ਨਹੀਂ ਲਈ ਤੇ ਨਾ ਹੀ ਆਪ ਜੀ ਨੇ ਕਿਹਾ ਸੀ, ਕਿਉਂਕਿ ਅਸੀਂ ਸੋਚਿਆ ਕਿ ਬਹੁਤ ਦਿਨ ਹੋ ਗਏ ਬਾਬਾ ਜੀ ਨੂੰ ਆਇਆ, ਇਤਨੇ ਪਦਾਰਥ ਲੈ ਕੇ ਆਉਂਦੇ ਨੇ ਬਾਬਾ ਜੀ, ਕਿਧਰੇ ਬਦਾਮਾਂ ਦੀਆਂ ਬੋਰੀਆਂ, ਕਿਧਰੇ ਬਦਾਮ ਰੋਗਨ, ਉਹ ਸਭ ਖਤਮ ਹੋ ਗਿਆ ਸੀ। ਸਾਡਾ ਦਿਲ ਕੀਤਾ ਬਾਬਾ ਜੀ ਆਉਣਗੇ ਤੇ ਸਾਨੂੰ ਅੱਛੇ ਅੱਛੇ ਪਦਾਰਥ ਪ੍ਰਾਪਤ ਹੋਣਗੇ। ਮਹਾਂਪੁਰਸ਼ਾਂ ਨੇ ਉਹਨਾਂ ਨੂੰ ਤਾੜਨਾ ਕੀਤੀ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਬਾਬਾ ਜੀ ਹੁਣ ਚਿੱਠੀ ਵਾਲਾ ਸਿਲਸਿਲਾ ਖਤਮ ਕਰ ਦਿਓ, ਹੁਣ ਚਿੱਠੀ ਵਾਲਾ ਸਿਲਸਿਲਾ ਨਹੀਂ ਰੱਖਣਾ। ਬਾਬਾ ਜੀ ਜਦੋਂ ਦਿਲ ਕਰੇ ਨਾ ਤੁਹਾਡਾ ਸਾਨੂੰ ਮਿਲਣ ਵਾਸਤੇ, ਗੁਰੂ ਸਾਹਿਬ ਦੇ ਕਮਰੇ ਵਿੱਚ ਜਾ ਕੇ ਅਰਦਾਸ ਕਰ ਦਿਆ ਕਰੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰ ਦਿਆ ਕਰੋ, ਬਾਬਾ ਜੀ ਅਸੀਂ ਆਪੇ ਪਹੁੰਚ ਜਾ ਕਰਾਂਗੇ, ਉਹ ਅਰਦਾਸ ਸਾਡੇ ਤੱਕ ਪਹੁੰਚ ਜਾਵੇਗੀ। ਇਤਨੀ ਇੱਕ ਮਿਕਤਾ ਗੁਰਬਾਣੀ ਦੇ ਨਾਲ, ਇਤਨੀ ਇੱਕ ਮਿਕਤਾ ਗੁਰੂ ਦੇ ਨਾਲ, ਇਤਨੀ ਇੱਕ ਮਿਕਤਾ ਪਰਮੇਸ਼ਰ ਦੇ ਨਾਲ ਕਿ ਜੋ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਹੈ ਉਹ ਸਾਨੂੰ ਪਹੁੰਚ ਜਾਏਗੀ। ਫਿਰ ਉਸ ਤੋਂ ਬਾਅਦ ਐਵੇਂ ਹੁੰਦਾ ਰਿਹਾ, ਜਦੋਂ ਬਾਬਾ ਜੀ ਦਾ ਦਿਲ ਕਰਨਾ ਉਸ ਵੇਲੇ ਗੁਰੂ ਸਾਹਿਬ ਦੇ ਕਮਰੇ 'ਚ ਜਾ ਕੇ ਅਰਦਾਸ ਕਰਨੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਸਾਡਾ ਦਿਲ ਕਰਦਾ ਹੈ ਮਹਾਂਪੁਰਸ਼ਾਂ ਦੇ ਦੀਦਾਰ ਕਰਨ ਵਾਸਤੇ, ਦਿਲ ਕਰਦਾ ਹੈ, ਉਹਨਾਂ ਨੂੰ ਭੇਜ ਦਿਓ। ਦੂਸਰੇ ਦਿਨ ਬਾਬਾ ਜੀ ਨੇ ਪਹੁੰਚ ਜਾਣਾ। ਐਵੇਂ ਇੱਕ ਵਾਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੱਚਖੰਡ ਦੇ ਅੱਗੇ ਖਲੋਤੇ, ਜਿੱਥੇ ਪੂਰਨਮਾਸ਼ੀ ਵਾਲਾ ਸੱਚਖੰਡ, ਜਿੱਥੇ ਬਰਸੀਆਂ ਮਨਾਈਆਂ ਜਾਂਦੀਆਂ ਨੇ, ਪਾਠ ਹੁੰਦੇ ਨੇ, ਉਸ ਸੱਚਖੰਡ ਦੇ ਅੱਗੇ ਖਲੋਤੇ ਨੇ ਤੇ ਸੰਗਤਾਂ ਆਈਆਂ ਕਿਸੇ ਨਗਰ ਦੀਆਂ। ਬਾਬਾ ਜੀ ਅੱਗੇ ਬੇਨਤੀ ਕੀਤੀ, ਗਰੀਬ ਨਵਾਜ ਸਾਡੇ ਪਿੰਡ ਵਿੱਚ ਵੀ ਦਰਸ਼ਨ ਦਿਓ, ਕਿਰਪਾ ਕਰੋ, ਸਾਡੇ ਨਗਰ ਵਿੱਚ ਵੀ ਦਇਆ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕਾਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਓ। ਬਾਬਾ ਜੀ ਕਹਿਣ ਲੱਗੇ ਵੀ ਅਸੀਂ ਹੁਣ ਚੱਲੇ ਹਾਂ ਬਾਹਰ, ਸਾਨੂੰ ਸਮਾਂ ਲੱਗ ਸਕਦਾ ਹੈ, ਡੇਢ ਦੋ ਮਹੀਨੇ ਲੱਗ ਸਕਦੇ ਨੇ, ਵੱਧ ਵੀ ਲੱਗ ਸਕਦਾ, ਫਿਰ ਆ ਜਾਇਓ। ਤੇ ਜੇ ਆਇਆ ਨਾ ਜਾਵੇ ਦੂਰੋਂ, ਕਿਉਂਕਿ ਉਸ ਸਮੇਂ ਦੀ ਗੱਲ ਹੈ ਜਦੋਂ ਗੱਡੀਆਂ ਮੋਟਰਾਂ ਬਹੁਤ ਘੱਟ ਹੁੰਦੀਆਂ ਸੀ, ਪਿੰਡਾਂ ਵਿੱਚ ਸੜਕਾਂ ਨਹੀਂ ਸੀ ਹੁੰਦੀਆਂ, ਪਿੰਡਾਂ ਵਿੱਚ ਬਿਜਲੀ ਨਹੀਂ ਸੀ ਅਜੇ ਆਈ ਹੋਈ,
ਖੂਹਾਂ ਤੋਂ ਹੀ ਖੇਤ ਸਿੰਜੇ ਜਾਂਦੇ ਸਨ, ਮੋਟਰਾਂ ਨਹੀਂ ਸੀ ਲੱਗੀਆਂ। ਉਸ ਸਮੇਂ ਦੀ ਗੱਲ, ਬਾਬਾ ਜੀ ਕਹਿਣ ਲੱਗੇ ਤੁਹਾਨੂੰ ਆਉਣ ਵਿੱਚ ਤਕਲੀਫ ਹੋਵੇਗੀ, ਅਸੀਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਤੇ ਮਾਣ ਕਰਕੇ ਬਚਨ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੱਥ ਕਰਕੇ ਕਹਿਣ ਲੱਗੇ, ਕਹਿੰਦੇ ਦਾਸ ਦਾ ਹਰ ਸਵਾਸ ਬਾਣੀ ਨਾਲ ਖਹਿ ਕੇ ਆਉਂਦਾ, ਜਦੋਂ ਤੁਹਾਡਾ ਦਿਲ ਕਰੇ ਆਉਣਾ ਹੋਵੇ, ਤੁਹਾਨੂੰ ਵੇਲ ਹੋਵੇ, ਡੇਢ ਦੋ ਮਹੀਨੇ ਠਹਿਰ ਕੇ ਆਪਣੇ ਪਿੰਡ ਦੇ ਗੁਰਦੁਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਿਓ, ਉਹ ਸਾਡੇ ਕੋਲ ਪਹੁੰਚ ਜਾਵੇਗੀ, ਅਸੀਂ ਤੁਹਾਡੇ ਪਿੰਡ ਆ ਜਾਵਾਂਗੇ। ਇਤਨੀ ਇੱਕ ਮਿੱਕਤਾ ਰੱਬ ਦੇ ਨਾਲ, ਇਤਨੀ ਇੱਕ ਮਿੱਕਤਾ ਗੁਰਬਾਣੀ ਦੇ ਨਾਲ, ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸਫਲ ਜਨਮ ਹਰ ਜਨ ਉਪਜਿਆ, ਸਾਰੇ ਆਖੋ ਅੱਜ ਆਪਾਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਕੱਠੇ ਹੋਏ, ਹਾਜ਼ਰੀਆਂ ਭਰ ਰਹੇ ਹਾਂ, ਔਰ ਬਾਬਾ ਜੀ ਦਾ ਨਾਨਕਾ ਨਗਰ ਹੈ ਇਹ, ਨਾਨਕਾ ਨਗਰ। ਮਾਤਾ ਪ੍ਰਤਾਪ ਕੌਰ ਜੀ ਇੱਥੋਂ ਦੇ ਨੇ, ਇਸ ਨਗਰ ਦੀ ਧੀ ਹੈ ਜੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਮਾਤਾ ਜੀ ਨੇ। ਜਦੋਂ ਅਜੇ 6-7 ਵਰਿਆਂ ਦੇ ਸੀ ਨਾ ਮਾਤਾ ਜੀ, ਛੋਟੀ ਉਮਰ, ਇੱਕ ਮਹਾਂਪੁਰਸ਼ਾਂ ਦਾ ਡੇਰਾ, ਜਿਸ ਅਸਥਾਨ ਨੂੰ ਮਾਤਾ ਪਿਤਾ ਮੰਨਦੇ ਨੇ, ਜਿਹੜੇ ਮਹਾਂਪੁਰਸ਼ਾਂ ਨੇ ਮਾਤਾ ਜੀ ਦਾ ਨਾਮ ਰੱਖਿਆ, ਸੱਚਖੰਡ ਵਾਸੀ ਬਾਬਾ ਮੱਲ ਸਿੰਘ ਜੀ, ਉਹਨਾਂ ਦੇ ਡੇਰੇ ਵਿੱਚ ਮਾਤਾ ਪਿਤਾ ਆਏ, ਇਹ ਮਾਤਾ ਤਾਪ ਕੌਰ ਜੀ ਛੋਟੀ ਜੀ ਉਮਰ ਆਏ ਤੇ ਡੇਰੇ ਵਿੱਚ ਇੱਕ ਕਿਆਰੀ ਚ ਫੁੱਲ ਲੱਗੇ ਨੇ, ਬਗੀਚੀ ਹੈ, ਤੇ ਮਾਤਾ ਜੀ ਨੇ ਖੇਲਦਿਆਂ ਖੇਲਦਿਆਂ ਫੁੱਲ ਤੋੜ ਲਏ, ਫੁੱਲ ਤੋੜ ਲਏ, ਤੇ ਮਾਤਾ ਪਿਤਾ ਨੇ ਜਦੋਂ ਵੇਖਿਆ ਬੱਚੀ ਨੇ ਫੁੱਲ ਤੋੜੇ ਨੇ, ਮਹਾਂਪੁਰਸ਼ ਗੁੱਸਾ ਕਰਨਗੇ ਵੀ ਸਾਡੀ ਸੰਗਤ ਨੇ ਤਾਂ ਫੁੱਲ ਉਗਾਏ ਨੇ ਤੇ ਬੱਚੀ ਫੁੱਲ ਉਜਾੜ ਰਹੀ ਹੈ। ਮਾਤਾ ਪਿਤਾ ਨੇ ਗੁੱਸਾ ਕੀਤਾ ਕਿ ਬੇਟੀ ਫੁੱਲਾਂ ਨੂੰ ਨਹੀਂ ਤੋੜੀਦਾ। ਜਦੋਂ ਥੋੜਾ ਗੁੱਸਾ ਕੀਤਾ, ਬਾਬਾ ਮੱਲ ਸਿੰਘ ਜੀ ਮਹਾਰਾਜ ਪਤਾ ਕੀ ਕਹਿਣ ਲੱਗੇ, ਨਾ ਬਈ ਨਾ, ਇਸ ਬੇਟੀ ਨੂੰ ਇਹ ਫੁੱਲ ਤੋੜਨ ਤੋਂ ਕਿਉਂ ਨਾਰਾਜ਼ ਹੁੰਦੇ ਹੋ, 2-4 ਫੁੱਲ ਹੀ ਤੋੜੇ ਨੇ, ਇਹ ਪ੍ਰਤਾਪ ਕੌਰ ਦਾ ਤਾਂ ਇਤਨਾ ਪ੍ਰਤਾਪ ਫੈਲਣਾ, ਇਹਨੇ ਤਾਂ ਸਾਰੀ ਦੁਨੀਆ ਵਿੱਚ ਸੁਗੰਧੀਆਂ ਵੰਡਣੀਆਂ ਨੇ, ਕੀ ਹੋ ਗਿਆ ਜੇ 4 ਫੁੱਲ ਤੋੜ ਲਏ ਇਸਨੇ, ਸਾਰੀ ਦੁਨੀਆ ਵਿੱਚ ਸੁਗੰਧੀਆਂ ਵੰਡਣੀਆਂ ਨੇ। ਅੱਜ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਵੇਖੋ, ਹਰ ਜਗ੍ਹਾ ਨਾਨਕ ਸਰ ਅਸਥਾਨ, ਤੇ ਜਦੋਂ ਜਾ ਕੇ ਪੁੱਛੋ ਇਹ ਅਸਥਾਨ ਕਿਹਨੇ ਬਣਾਇਆ, ਕਿਹੜੇ ਮਹਾਂਪੁਰਸ਼ਾਂ ਨੇ ਬਣਾਇਆ ਜੀ, ਬੜੀ ਕਰਨੀ ਵਾਲੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਬਣਾਇਆ, ਹਾਂਜੀ ਕਿੰਨਾ ਨੇ ਬਣਾਇਆ, ਕਿੱਥੋਂ ਵਰੋਸਾਏ ਨੇ, ਕਹਿੰਦੇ ਜੀ ਉਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਨੇ,
ਜਿਨ੍ਹਾਂ ਨੇ ਅਸਥਾਨ ਬਣਾਇਆ। ਚਾਹੇ ਅਮਰੀਕਾ ਜਾਓ, ਚਾਹੇ ਕੈਨੇਡਾ ਜਾਓ, ਚਾਹੇ ਇੰਗਲੈਂਡ ਜਾਓ, ਯੂਰਪ ਜਾਓ, ਕਿਤੇ ਵੀ ਜਾਓ, ਭਾਰਤ ਵਿੱਚ, ਹਿੰਦੁਸਤਾਨ ਚ ਕਿਤੇ ਵੀ ਚਲੇ ਜਾਓ, ਹਰ ਕੋਨੇ ਵਿੱਚ ਨਾਨਕ ਸਰ। ਤੇ ਜਦੋਂ ਜਾ ਕੇ ਪੁੱਛੋਗੇ ਕਿੰਨਾ ਨੇ ਬਣਾਇਆ, ਜੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸੇਵਾਦਾਰਾਂ ਨੇ ਬਣਾਇਆ, ਤੇ ਮਾਤਾ ਪ੍ਰਤਾਪ ਕੌਰ ਦਾ ਇਤਨਾ ਪ੍ਰਤਾਪ ਫੈਲਿਆ। ਬਾਬਾ ਮੱਲ ਸਿੰਘ ਜੀ ਨੇ ਆਖਿਆ ਸੀ ਚਾਰ ਫੁੱਲ ਤੋੜੇ ਨੇ, ਇਹ ਗੁੱਸਾ ਕਰਨ ਲੱਗ ਪਏ ਹੋ, ਕੀ ਹੋ ਗਿਆ ਜੇ ਚਾਰ ਫੁੱਲ ਤੋੜੇ ਨੇ? ਇਹਨੇ ਤਾਂ ਸਾਰੇ ਸੰਸਾਰ ਵਿੱਚ ਸੁਗੰਧੀ ਫੈਲਾਉਣੀ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸਾਰੇ ਸੰਸਾਰ ਵਿੱਚ ਸਿੱਖੀ ਦੀ ਸੁਗੰਧੀ, ਗੁਰਮਤ ਦੀ ਸੁਗੰਧ, ਗੁਰਬਾਣੀ ਦੀ ਸੁਗੰਧੀ ਫੈਲਾ ਦਿੱਤੀ। ਆਓ ਬਾਬਾ ਜੀ ਦੇ ਜਨਮ ਦਿਹਾੜੇ ਤੇ ਬਾਬਾ ਜੀ ਦੇ ਨਾਨਕਾ ਨਗਰ ਪੱਤੀ ਮਾਨਾ ਨਾਨਕ ਸਰ, ਜਿਹੜਾ ਪਰਮ ਸਤਿਕਾਰਯੋਗ ਸੰਤ ਬਾਬਾ ਜਗੀਰ ਸਿੰਘ ਜੀ ਮਹਾਰਾਜ ਨੇ ਆ ਕੇ ਇਹ ਅਸਥਾਨ ਨੂੰ ਰੰਗ ਭਾਗ ਲਾਏ ਨੇ, ਬਾਬਾ ਜੀ ਨੇ ਉੱਥੋਂ ਵਿਸ਼ੇਸ਼ ਕਰਕੇ ਭੇਜੇ ਨੇ, ਵਿਸ਼ੇਸ਼ ਕਰਕੇ ਵੀ ਜਾਓ ਸਾਡੇ ਨਾਨਕੇ ਨਗਰ ਵਿੱਚ ਵੀ ਭਾਗ ਲਾਓ। ਤੇ ਸੁਚੱਜੀ ਅਗਵਾਈ ਕਰ ਰਹੇ ਨੇ ਸਤਿਕਾਰਯੋਗ ਬਾਬਾ ਧੰਨਾ ਸਿੰਘ ਜੀ, ਧੰਨ ਹੋ ਗਏ ਨੇ ਬਾਬਾ ਜਗੀਰ ਸਿੰਘ ਜੀ ਦੀ ਸੇਵਾ ਕਰਕੇ, ਧੰਨ ਹੋਏ ਨੇ ਧੰਨ। ਆਓ ਸਾਰੇ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ, ਕੋਈ ਰਸਨਾ ਖਾਲੀ ਨਾ ਰਹੇ। ਸਫਲ ਜਨਮ ਹਰ ਜਨ ਕਾ ਉਪਜਿਆ, ਸਫਲ ਜਨਮ ਹਰ ਜਨ ਕਾ ਉਪਜਿਆ, ਸਫਲ ਜਨਮ ਹਰ ਜਨ ਕਾ ਉਪਜਿਆ, ਸਫਲ ਜਨਮ ਹਰ ਜਨ ਕਾ ਸੋਤ ਬਿਦਾਤਾ, ਜਿਨ ਕੀਨੋ ਸੋਤ ਬਿਦਾਤਾ, ਜਿਨ ਕੀਨੋ ਸੋਤ ਬਿਦਾਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਜੇ ਇਹੋ ਜਿਹੇ ਜਨ ਪੈਦਾ ਨਾ ਹੁੰਦੇ, ਪਰਮਾਤਮਾ ਵੀ ਔਂਤਰਾ ਹੀ ਚਲਿਆ ਜਾਂਦਾ। ਅੱਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਜਨਮ ਧਾਰਿਆ, ਸ਼ਾਸਤਰਾਂ ਵਿੱਚ 6 ਤਰ੍ਹਾਂ ਦੇ ਅਵਤਾਰ ਮੰਨੇ ਨੇ, ਅੰਸਾ ਅਵਤਾਰ, ਅਵੇਸਾ ਅਵਤਾਰ, ਨਿਤ ਅਵਤਾਰ, ਨਮਿਤ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ। ਇਹਨਾਂ 6 ਅਵਤਾਰਾਂ ਚੋਂ ਇੱਕ ਅਵਤਾਰ ਨੇ ਮਹਾਂਪੁਰਸ਼, ਜਿਹੜੇ ਨਿਤ ਅਵਤਾਰ ਨੇ, ਨਿਤ ਅਵਤਾਰ। ਇਹ ਨਿਤ ਅਵਤਾਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਜਨਮ ਨਹੀਂ ਅਵਤਾਰ ਧਾਰਿਆ। ਆਓ ਸਾਰੇ ਜਿੰਦਗੀ ਨੂੰ ਸੋਤ ਬਿਦਾਤਾ, ਜਿੰਦਗੀ ਨੂੰ ਸੋਤ ਬਿਦਾਤਾ, ਸੋਤ ਬਿਦਾਤਾ,
ਸੌਤ ਵਿਦਾਤਾ ਬਾਬਾ ਜੀ ਵਿਧਾਤੇ ਨਗਰ ਵਿੱਚ ਗਏ। ਬਾਬਾ ਜਗੀਰ ਸਿੰਘ ਜੀ ਨਾਲ ਸਨ। ਉੱਥੇ ਸੇਮ ਇੰਨੀ ਆ ਗਈ ਕਿ ਲੋਕ ਜਦੋਂ ਬਾਹਰੋਂ ਖੇਤਾਂ ਚੋਂ ਪੱਠੇ ਵੀ ਲੈ ਕੇ ਆਉਣ ਤੇ ਗਲ ਗਲ ਤੱਕ ਪਾਣੀ, ਕਿਤੇ ਲੱਕ ਲੱਕ ਪਾਣੀ, ਕਿਤੇ ਮੋਢੇ ਮੋਢੇ ਪਾਣੀ, ਇੰਨੀ ਸੇਮ ਆ ਗਈ। ਬਜ਼ੁਰਗ ਜਾਣਦੇ ਨੇ ਪੁਰਾਣੇ ਸਮੇਂ 'ਚ ਬੜੀ ਸੇਮ ਆਈ, ਘਰ ਢਹਿ ਪਏ, ਫਸਲਾਂ ਰੁੜ ਗਈਆਂ। ਜਿੱਥੇ ਪਾਣੀ ਖਲੋਤਾ ਰਹਿਣਾ ਫਸਲ ਕਿਵੇਂ ਹੋਵੇ। ਜਦੋਂ ਬਾਬਾ ਜੀ ਉਹਨਾਂ ਨਗਰਾਂ ਵਿੱਚ ਗਏ ਨਾ, ਨਗਰ ਵਾਲੇ ਇਕੱਠੇ ਹੋ ਕੇ ਆਏ, ਕਹਿਣ ਲੱਗੇ ਬਾਬਾ ਜੀ ਸਾਡੇ ਨਗਰ ਵਿੱਚ ਸੇਮ ਬੜੀ ਆ ਗਈ, ਕਿਰਪਾ ਕਰੋ। ਬਾਬਾ ਜੀ ਗਰੀਬ ਨਿਵਾਜ਼ ਸਨ, ਗਰੀਬ ਨਿਵਾਜ਼। ਬਾਬਾ ਜੀ ਕਹਿਣ ਲੱਗੇ ਚੰਗਾ ਬਈ, ਵਿਧਾਤਿਆਂ ਦੀ ਸੇਮ ਦਿੱਲੀ ਨੂੰ ਲਾ ਦਿੰਦੇ। ਕਹਿੰਦੇ ਉੱਥੇ ਕਿਹੜਾ ਕਣਕ ਬੀਜਣੀ ਕਿਸੇ ਨੇ, ਵਿਧਾਤਿਆਂ ਦੀ ਸੇਮ ਦਿੱਲੀ ਨੂੰ ਲਗਾ ਦਿੰਦੇ। ਇਹ ਉਹੀ ਕਹਿ ਸਕਦਾ ਜਿਹੜਾ ਮਾਲਕ ਹੋਵੇ ਦਰਗਾਹ ਦਾ, ਇਹ ਉਹੀ ਕਹਿ ਸਕਦਾ ਜਿਸ ਦਾ ਦਰਗਾਹ ਵਿੱਚ ਚੱਲਦਾ ਹੋਵੇ ਹੁਕਮ, ਜਿਹਦਾ ਕਹਿਆ ਦਰਗਾਹ ਵਿੱਚ ਚੱਲੇ, ਜਿਹੜਾ ਦਰਗਾਹ ਦਾ ਮਾਲਕ ਹੈ। ਇੱਕ ਦਿਨ ਬਾਬਾ ਜੀ ਦੀ ਸਿਫਤ ਵਿੱਚ ਗੁਰਮੁਖ ਪਿਆਰੇ ਕਥਾ ਕਰ ਰਹੇ ਸੀ, ਕਹਿੰਦੇ ਬਾਬਾ ਜੀ ਦਾ ਦਰਗਾਹ ਵਿੱਚ ਬਾਬਾ ਜੀ ਦੀ ਅਰਦਾਸ ਪਹੁੰਚਦੀ ਸੀ, ਦਰਗਾਹ ਵਿੱਚ ਬਾਬਾ ਜੀ ਦਾ ਕਹਿਆ ਹੋਇਆ ਪਹੁੰਚਦਾ ਸੀ। ਮੈਂ ਬਾਅਦ ਵਿੱਚ ਆਇਆਂ ਨੂੰ ਕਿਹਾ, ਮੈਂ ਕਿਹਾ ਗੁਰਮੁਖੋ ਮੇਰੀ ਭਾਵਨਾ ਤਾਂ ਇਹ ਹੈ ਕਿ ਬਾਬਾ ਜੀ ਹੀ ਦਰਗਾਹ ਦੇ ਮਾਲਕ ਸਨ, ਬਾਬਾ ਜੀ ਖੁਦ ਦਰਗਾਹ ਦੇ ਮਾਲਕ ਸਨ। ਆਖਿਆ ਪਹੁੰਚਣਾ ਤਾਂ ਦੂਜੀ ਗੱਲ ਹੋ ਗਈ, ਕਿਹਾ ਹੋਇਆ ਦਰਗਾਹ ਵਿੱਚ ਮੰਨਿਆ ਜਾਵੇ, ਪਰ ਮੈਂ ਕਹਿੰਦਾ ਬਾਬਾ ਜੀ ਦਰਗਾਹ ਦੇ ਮਾਲਕ ਸਨ। ਜਿਨਕੀਨੋ ਸੌਤ ਵਿਦਾਤਾ, ਜਿਨਕੀਨੋ ਸੌਤ ਵਿਦਾਤਾ, ਜਿਨਕੀਨੋ ਸੌਤ ਵਿਦਾਤਾ, ਜਿਨਕੀਨੋ ਸੌਤ ਵਿਦਾਤਾ। ਹਾਂ, ਬਾਬਾ ਜੀ ਨੇ ਸੱਚਮੁੱਚ ਸੇਮ ਉਸ ਪਿੰਡ ਚੋਂ ਸੇਮ ਖਤਮ ਹੋ ਗਈ ਤੇ ਦਿੱਲੀ ਜਾ ਕੇ ਸੇਮ ਸ਼ੁਰੂ ਹੋ ਗਈ। ਇਉਂ ਮਾਲਕ ਸਨ ਬਾਬਾ ਜੀ, ਜੋ ਬਚਨ ਕੀਤਾ ਉਹ ਪੂਰਾ ਹੋ ਗਿਆ। ਸਫਲ ਜਨਮ ਹਰ ਜਨ ਕਾ ਉਪਜਿਆ, ਸਫਲ ਜਨਮ ਹਰ ਜਨ ਕਾ ਉਪਜਿਆ। ਜਿਨਕੀਨੋ ਸੌਤ ਸੌਤ ਵਿਦਾਤਾ, ਜਿਨਕੀਨੋ ਸੌਤ ਵਿਦਾਤਾ, ਜਿਨਕੀਨੋ ਸੌਤ ਵਿਦਾਤਾ। ਸਫਲ ਜਨਮ ਹਰ ਜਨ ਕਾ
ਸਫਲ ਜਨਮ ਹਰ ਜਨ ਕਾ ਉਪਜਿਆ। ਸਗਲ ਸਮੂਲ ਉਧਰੇ ਨਾਨਕ ਸਗਲ ਸਮੂਲ ਉਧਰੇ ਨਾਨਕ ਪੂਰਨ ਬ੍ਰਹਮ ਪ੍ਰਸ਼ਾਤਾ ਪੂਰਨ ਬ੍ਰਹਮ ਪ੍ਰਸ਼ਾਤਾ ਸਫਲ ਜਨਮ ਕੀਨੋ ਸੋਤ ਵਿਦਾਤਾ ਸ਼ਬਦਾਂ ਨਾਲ ਸਮਾਪਤੀ ਹੈ। ਭੁੱਲ ਚੁੱਕੇ ਮਾਂ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।